ਪੰਜਾਬ ਪਲੱਸ ਚੈਨਲ ਐਂਡ ਸ਼ਾਈਨਿੰਗ ਸਟਾਰ ਈਵੈਂਟਸ ਪਲੈਨਰ ਵੱਲੋਂ ਸਿੰਗਿੰਗ ਐਂਡ ਡਾਂਸਿੰਗ ਦਾ ਇੱਕ ਟੀਵੀ ਰਿਐਲਿਟੀ ਸ਼ੋਅ ਸ਼ਾਈਨਿੰਗ ਸਟਾਰ ਆਫ ਪੰਜਾਬ ਦਾ ਸੈਮੀ ਫਾਈਨਲ ਰਾਊਂਡ ਸੰਨੀ ਓਬਰੋਏ ਆਡੀਟੋਰੀਅਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਕਈ ਵੱਡੇ ਵੱਡੇ ਹਿੱਸਿਆਂ ਤੋਂ ਸਿਲੈਕਟ ਕੀਤੇ ਗਏ ਬੱਚਿਆਂ ਦੇ ਉਤਸ਼ਾਹ ਤੇ ਇੱਕ ਤੋਂ ਵੱਧ ਕੇ ਇੱਕ ਟੈਲੈਂਟ ਵੇਖਣ ਨੂੰ ਮਿਲਿਆ। ਇਸ ਸ਼ੋਅ ਦੀ ਡਾਂਸਿੰਗ ਜਜਮੈਂਟ ਬਹੁਤ ਹੀ ਟੈਲੈਂਟਡ ਐਂਡ ਫੇਮਸ ਨੈਂਸੀ ਘੁੰਮਣ ਮੈਮ ਐਂਡ ਰੂਜ਼ੇ ਬਿਬਰਾ ਮੈਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅਤੇ ਬੱਚਿਆਂ ਦਾ ਹੌਸਲਾ ਵਧਾਉਂਦੇ ਹੋਏ ਉਹਨਾਂ ਨੂੰ ਆਪਣੇ ਸ਼ਬਦਾਂ ਨਾਲ ਉਤਸ਼ਾਹਿਤ ਕੀਤਾ। ਸਿੰਗਿੰਗ ਦੀ ਜਜਮੈਂਟ ਦੀ ਬਾਗਡੋਰ ਨਾਮੀ ਸਿੰਗਰ ਉਜਾਗਰ ਅੰਟਾਲ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲੀ। ਇਸ ਸ਼ੋਅ ਵਿੱਚ ਫੇਮਸ ਐਕਟਰ ਡਾਇਰੈਕਟਰ ਸੁਨੀਤਾ ਧੀਰ ਜੀ ਨੇ ਆ ਕੇ ਸ਼ੋਅ ਦੀਆਂ ਰੌਣਕਾਂ ਨੂੰ ਹੋਰ ਵਧਾਇਆ ਅਤੇ ਸਾਰੇ ਬੱਚਿਆਂ ਨੂੰ ਇੱਕ ਵੱਡੇ ਸਟੇਜ ਤੱਕ ਪਹੁੰਚਣ ਲਈ ਸਰਾਹਨਾ ਕੀਤੀ ਅਤੇ ਨਾਲ ਹੀ ਉਹਨਾਂ ਨੇ ਇਸ ਸ਼ੋਅ ਦੇ ਟੈਲੈਂਟਡ ਬੱਚਿਆਂ ਦਾ ਡੇਟ ਕੈਲੰਡਰ ਵੀ ਲਾਂਚ ਕਰਵਾਇਆ। ਇਸ ਸ਼ੋਅ ਦੇ ਡਾਇਰੈਕਟਰ ਤੇ ਆਰਗੇਨਾਈਜ਼ਰ ਨਰਿੰਦਰ ਪੁਰੀ ਜੀ ਨੇ ਹੌਸਲਾ ਵਧਾਉਣ ਆਏ ਮੁੱਖ ਮਹਿਮਾਨ ਐਸਪੀ ਸਿੰਘ ਓਬਰੋਏ, ਚੇਅਰਮੈਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਪਵਨ ਬਜਾਜ, ਹਰਸ਼ ਬਜਾਜ, ਹਰਿੰਦਰ ਦਿਓਲ ਖੇਰਕੀ, ਰਾਜੇਸ਼ ਅਰੋੜਾ ਜੀ ਮਿਸਟਰ ਵਰਲਡ, ਸੰਦੀਪ ਕੌਰ ਜੀ ਕੋਹਿਨੂਰ ਮਿਸਿਸ ਵਰਲਡ ਪੰਜਾਬਨ ਫਾਈਨਲਿਸਟ, ਆਂਸ਼ੂ ਸ਼ਰਮਾ, ਰਿਸ਼ੀ ਸ਼ਰਮਾ ਬ੍ਰਾਂਚ ਓਨਰ ਹੈਲੋ ਕਿਡਸ, ਗੁਰਜਾਨ ਹੀਰ ਸਿੰਗਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਇਸ ਸ਼ੋਅ ਦੇ ਗੋਰਜੀਅਸ ਹੋਸਟ ਮੇਜਰ ਪ੍ਰਤਾਪ ਸੰਧੂ ਅਤੇ ਬਹੁਤ ਵਧੀਆ ਸਹਿਯੋਗ ਦੇਣ ਲਈ ਸਰਦਾਰ ਕੁਲਦੀਪ ਸਿੰਘ ਜੀ, ਸੰਜੀਵ ਭਾਰਦਵਾਜ, ਨੈਂਸੀ ਜ਼ੀਆ, ਅਜੇ ਡੀਜੇ ਐਂਡ ਲਾਈਟ ਦਾ ਧੰਨਵਾਦ ਕੀਤਾ। ਅੰਤ ਵਿੱਚ ਫਿਰ ਸੈਲੀਬ੍ਰਿਟੀ ਗੈਸਟ ਸੁਨੀਤਾ ਧੀਰ ਜੀ ਦਾ ਅਤੇ ਰੂਜ਼ੀ ਬਿਬਰਾ ਮੈਮ, ਨੈਂਸੀ ਘੁੰਮਣ ਮੈਮ ਦਾ ਨਰਿੰਦਰ ਪੁਰੀ ਜੀ ਨੇ ਇੱਕ ਵਾਰ ਫਿਰ ਦਿਲੋਂ ਧੰਨਵਾਦ ਕੀਤਾ।